बिस्मिल्लाहिर्रहमानिर्रहीम अस्सलाम वालेकुम मेरे यूट्यूब फैमिली भैन भाई वेलकम कर दी तेरा अपना चैनल है इन ज़्यादा तो ज़्यादा शेयर करना लाइक करना अगर तुम साडे चैनल पर नए हो जरूर सबसक्राइब करना बैल के बटन प्रेस कर लियो ताकि साड़ी हर आने वाली नई वीडियो की नोटिफिकेशन बर वक्त पहुँचती रहे। सुबह का टाइम मैं बनाने लगी नाश्ता चुल्हे को सफाई की तो हूँ चुल्हे में आग जलाई है देगची लैके आई देगची दुध पा लिया है पहले चाय बना लें फिर बाद पराठे बना लाऊंगी। जी नाश्ता बनाने गई हाँ तो बच्चे कहते सी अज गोभी वाले पराठे बना के दो भाजी हमने कनक बीजन लगे गंदम पिछला बाजरे मक्की बीजिए रह जाएगा उत्ते ही आग लग गई गोभी वाला पराठा मुझे पसंद है मुझे दे कच्चा 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 ये ना कच्चा ही भाई शान ने क्या सी ताने बिना लगी ने भाई दे आने तो भाई शान ने क्या सी तू तने क्या तू अचार दे नाल खा ली क्या तू अचार दे नाल खा ली मोमू मम्मा जी आज की बना दे हां पता चल गया तो फिर भी पूछन दिया गोभी का पराठा ओ चिड़िया आई चिड़िया आई नहीं आई दवाई आई उठदा जा दवाई मेरी है दवाई मेरी है दे चल ਬਾਜ਼ਾ ਰਾਮ ਨਾਲ ਕੀ ਪੈਂਦਾ ਸੀ ਮਮਾ ਜੀ ਅੱਜ ਕੀ ਬਣਾਉਂਦੇ ਆ ਚਾਨਣ ਲਈ ਕਹਿੰਦਾ ਪਤਾ ਵੀ ਆ ਤੇ ਫਿਰ ਮਮਾ ਦਾ ਕਿਉਂ ਸਿਰ ਖਾਣਾ ਮੈਂ ਸਿੱਧੇ ਨੇ ਖਾਣਾ ਹੀ ਹੀ ਕੱਪ ਲੈਂਦਾ ਹਾਂਜੀ ਕੱਪ ਲੈਂਦਾ ਪੋਣੀ ਕਰੀ ਆ ਉਥੇ ਅੱਗੇ ਪਰਾਂਠਾ ਹੁਣ ਠੰਡਾ ਹੋ ਲੈਂਦੋ फिर चार पाई तो आगे खा लो अच्छा मक्खन ला ना हाँ जी डंडी 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 हलो जी मक्खन उत्ते ना हो जाऊगा ना ठंडी जरा रोटी होंगी फिर खा लो उ देखो मेरी गोभी भी आई हो ठंडी करके खाओ गर्म खा लो मक्खन दस पंद्रह दिन अपनी मकामी गोभी चल गई सस्ती हो जानी
ਬਸ਼ੱਕ ਰੋਜ਼ ਪਰਾਠੇ ਪਕਾਉਗੇ ਲਾਈਆਂ ਸੀ ਤੇ ਹੁਣ ਮੰਡੀ ਜਾ ਰਿਹਾ ਹਲਕੀ ਜਿਹੀ ਕੜਵਾਹਟ ਹੁੰਦੀ ਜਿੰਨੀ ਦੇਰ ਤੱਕ ਸਰਦੀ ਨਹੀਂ ਨਾ ਪੈਣੀ ਉਨੀ ਦੇਰ ਤੱਕ ਮੂਲੀ ਜਿਹੜਾ ਉਹ ਕੜਵਾਹਟ ਨਹੀਂ ਜਾਂਦੀ ਗਰਮੀ ਵਾਲੀ ਜਿਹੜਾ ਉਹ ਕੜਵਾਹਟ ਹੁੰਦੀ ਹੈ ਜਦੋਂ ਕੋਈ ਫੁੱਲ ਸਰਦੀ ਪੈਂਦੀ ਖਾਸ ਤੌਰ 'ਤੇ ਜਿਹੜੇ ਆਪਣੀ ਅਸੀਂ ਇੱਥੇ ਲਾਈ ਦੀਆਂ ਨੇ ਨਾ ਆਪਣੇ ਘਰ ਵਾਸਤੇ ਅਸੀਂ ਥੋੜ੍ਹੀ ਲੇਟ ਕਰਕੇ ਲਾਉਂਦੇ ਹਾਂ ਨਾ ਅਤੇ ਉਹ ਜਦੋਂ ਆਉਂਦੀਆਂ ਨੇ ਨਾ ਫੁੱਲ ਸਰਦੀ 'ਚ ਉਹ ਫਿਰ ਮੂਲੀ ਮਿੱਠੀ ਹੁੰਦੀ ਹੈ ਕੜੀ ਨਹੀਂ ਹੁੰਦੀ ਹਾਂ ਹਰ ਚੀਜ਼ ਦਾ ਅੱਲਾਹ ਤਾਲਾ ਨੇ ਮੌਸਮ ਰੱਖਿਆ ਫਰੂਟ ਨਾ ਪੁੱਤ ਖਾਇਆ ਕਰੋ ਵੱਡੇ ਚਾਚੂ ਦੇ ਨਾ ਹਾਲੇ ਕੱਚੇ ਨੇ ਫਰੂਟ ਹਾਲੇ ਤੇ ਮਾਲਟਾ ਮਸੰਮੀ ਜਿਹੜਾ ਨਾ ਉਹ ਖਾਈਦਾ ਉਹ ਵੀ ਜਦੋਂ ਸਕੂਲੋਂ ਆਓ ਨਾ ਤੇ ਫਿਰ ਸਰਦੀ ਤੋਂ ਪਹਿਲੇ ਪਹਿਲੇ ਹਾਂ ਇਹ ਫੜਾ ਦੇ ਇਹਨਾਂ ਨੂੰ ਪਰਾਠਾ ਫੜਾ ਦੇ ਹਾਂ ਜਦੋਂ ਸਕੂਲ ਆਓ ਨਾ ਉਦੋਂ ਧੁੱਪੇ ਧੁੱਪੇ ਬਹਿ ਕੇ ਤੇ ਖਾ ਲਿਆ ਕਰੋ ਲੂਣ ਨਿਮਕ ਲਾ ਕੇ ਉਹਦੇ ਵਿੱਚ ਰੱਖ ਨਾ ਹਾਂ ਇਹਨਾਂ ਨੇ ਮੱਖਣ ਮੱਖਣ ਇੱਥੇ ਚੱਲਦੀ ਇਹ ਕੰਮ ਵੱਡੀ ਪਲੇਟ ਠੀਕ ਹੈ ਇਹਦੇ ਵਿੱਚ ਤੇ ਮੱਖਣ ਮੱਖਣ ਰੋੜੇ ਹਾਂ ਮੱਖਣ ਰੋੜੇ ਵੀ ਤਾਂ ਥੱਲੇ ਨਹੀਂ ਜਾਂਦਾ ਸ਼ਾਮ ਦਾ ਟਾਈਮ ਹੋ ਗਿਆ ਅਤੇ ਮੈਂ ਰੋਟੀ ਬਣਾਈ ਸੀ ਟਾਈਮ ਨਾਲ ਹੀ ਅਸੀਂ ਟਾਈਮ ਰੋਟੀ ਬਣਾ ਲਈ ਸੀ ਖਾ ਕੇ ਅਤੇ ਹੁਣ ਦੁੱਧ ਗਰਮ ਕਰਨ ਲੱਗੀ ਸੀ ਦੁੱਧ ਵਿੱਚ ਚੀਨੀ ਪੱਤੀ ਪਾਉਂਦੀ ਹਾਂ ਅਤੇ ਦੁੱਧ ਗਰਮ ਕਰ ਲੈਂਦੀ ਹਾਂ ਅਤੇ ਇਹਦੇ ਨਾਲ ਨਾਲ ਕੜਾਹੀ ਵਿੱਚ ਪਾ ਲਿਆ ਤੇਲ ਇਹ ਆਮਲੇ ਕੱਲ੍ਹ ਦੇ ਲੈ ਕੇ ਆਏ ਸੀ ਫਰਹਾਨ ਦੇ ਪਾਪਾ ਅਤੇ ਉਹ ਕੱਲ੍ਹ ਦੇ ਪਾਣੀ 'ਚ ਡੁਬੋਏ ਹੋਏ ਸੀ ਅਤੇ ਸੁਬਾਹ ਦੇ ਮੈਂ ਨਾ ਕੱਪੜਾ ਵਿਛਾ ਕੇ ਚਾਰਪਾਈ 'ਤੇ ਉੱਪਰ ਫੈਲਾਏ ਹੋਏ ਸੀ ਸੁੱਕੇ ਹੋਏ ਨੇ ਅਤੇ ਹੁਣ ਇਹਨੂੰ ਇਹਦੇ ਤੇਲ ਗਰਮ ਕਰਕੇ ਅਤੇ ਇਹਦੇ ਵਿੱਚ ਪਾ ਕੇ ਤਲ ਲੈਂਦੇ ਹਾਂ ਤਲ ਕੇ ਥੋੜ੍ਹਾ ਜਿਹਾ ਅਤੇ ਫਿਰ ਇਹਨਾਂ ਨੂੰ ਰੱਖੂੰਗੇ ਠੰਡਾ ਹੋ ਜੂ ਅਤੇ ਫਿਰ ਇਹਦਾ ਅਚਾਰ ਬਣਾ ਲਵਾਂਗੇ ਦੁੱਧ ਵਿੱਚ ਚੀਨੀ ਪੱਤੀ ਪਾ ਲਈਏ ਅਤੇ ਇਹਨੂੰ ਗਰਮ ਹੋਣ ਦਿੰਦੇ ਹਾਂ ਅਤੇ ਇੱਧਰ ਮੇਰਾ ਖਿਆਲ ਤੇਲ ਗਰਮ ਹੋ ਗਿਆ ਹੋਣਾ ਅਤੇ ਇਹਦੇ ਵਿੱਚ ਪਾਉਂਦੇ ਹਾਂ ਆਮਲੇ ਅਤੇ ਸੁਬਾਹ ਦਾ ਮੇਰਾ ਟਾਈਮ ਨਹੀਂ ਲੱਗਾ ਮੈਂ ਦਾਣੇ ਭਰੋਲੇ 'ਚੋਂ ਕੱਢੇ ਹੋਏ ਸੀ ਕੱਲ੍ਹ ਦੇ ਅਤੇ ਉਹ ਸਾਫ਼ ਕਰਕੇ ਅਤੇ ਅੱਜ ਪਾਏ ਆ ਅਤੇ ਫਿਰ ਨਹਾ ਕੇ ਫਿਰ ਹਾਂਡੀਆਂ ਰੋਟੀ ਬਣਾਈ ਅਤੇ ਰੋਟੀ ਖਾਧੀ ਅਤੇ ਤਾਂ ਕਰਕੇ ਮੈਨੂੰ ਹੋ ਗਈ ਲੇਟ ਹੋ ਗਈ ਸ਼ਾਮ ਹੋ ਗਈ ਆ ਅਤੇ ਮੈਂ ਕਿਹਾ ਕੱਲ੍ਹ ਤੱਕ ਪਏ ਰਹੇ ਖਰਾਬ ਨਾ ਹੋ ਜਾਣ ਇਸ ਕਰਕੇ ਫਿਰ ਇਹਨਾਂ ਨੂੰ ਪਾ ਦਿੰਦੇ ਹੁਣ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਠਰ ਪਾਈ ਆਮਲੇ ਵਿੱਚ ਪਾ ਲਿਆ ਤੇਲ ਦੇ ਅਤੇ ਇਹਨੂੰ ਕਰ ਲੈਂਦੀ ਹਾਂ ਕਿਉਂਕਿ ਇਸ ਤਰ੍ਹਾਂ ਚਾਰ ਫਿਰ ਜਲਦੀ ਬਣ ਜਾਂਦਾ ਹੈ ਹਲਕਾ ਜਿਹਾ ਤਲ ਕੇ ਫਿਰ ਕੱਢ ਲਵਾਂ ਹਾਂਜੀ